ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਅਸੀਂ ਅੱਜ ਚੱਲੇ ਹਾਂ ਨਵੀਂ ਕੋਠੀ ਦਾ ਨਕਸ਼ਾ ਦੇਖਣ, ਮੋਟਰ ਦੀ ਕੋਠੀ। ਮਤਲਬ ਘਰ ਵਾਲੀ ਕੋਠੀ ਨੀ, ਘਰ ਵਾਲੀ ਘਰੇ ਹੀ ਬਣਾਵਾਂਗੇ ਪਿੰਡ 'ਚ। ਇਹ ਮੋਟਰ ਦੇ ਬਣਾਉਣੀ ਕੋਠੀ, ਟੋਪ ਦੀ, ਜਿਵੇਂ ਟੋਪ ਦੀ ਕਿਤੇ ਸਵਾਦ ਚੱਜ ਦੀ ਬਣਾਵਾਂਗੇ। ਖੱਡੇ ਦੇ ਨੈਣ ਨਹਾਉਣ ਧੋਣ ਖਾਡਾ ਵੱਡਾ ਸਾਰਾ ਬਣਾਉਣਾ, 20-22 ਫੁੱਟ ਲੰਮਾ ਹੋਵੇ, 15-20 ਫੁੱਟ ਚੌੜਾ ਹੋਵੇ, 7-8 ਡੂੰਘਾ, ਟੁੱਬੇ ਮਾਰੋ ਕਰਕੇ। ਮਿਸਤਰੀ ਸਾਹਿਬ ਆਵੇ ਬੈਠੇ ਸਾਡੇ, ਸਰਦਾਰ ਵੀ ਆ ਗਿਆ। ਸਰਦਾਰ ਜੀ ਆ ਗਏ, ਬੈਠੋ ਗੱਡੀਆਂ। ਹੁਣ ਚੱਲੇ ਆ ਤੇ ਵਧੀਆ ਜਿਹਾ ਨਕਸ਼ਾ ਲਿਆਉਣੇ, ਸੋਹਣਾ ਜਿਹਾ ਕੋਈ ਲਾਵਾਂਗੇ। 50-2 ਲੱਖ ਸਰਦਾਰ ਦਾ ਲਵਾ ਕੇ ਚੰਗਾ ਜਿਹਾ ਨਕਸ਼ਾ, ਉੱਥੇ ਫਿਰ ਮੱਛਰ ਲੜੇ ਬਣਾਵਾਂਗੇ। ਅਸੀਂ ਹੁਣ ਉੱਥੇ ਪਹੁੰਚ ਗਏ ਮੋਟਰ ਤੇ, ਹੁਣ ਤੁਹਾਨੂੰ ਮੋਟਰ ਦਿਖਾਉਂਦੇ ਆ, ਨਾਲੇ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਆ। ਆਹ ਦੇਖੋ ਜੀ, ਕਿੰਨੇ ਸੋਹਣੇ ਫੁੱਲ ਲਾਏ ਆ, ਇਹੋ ਚੀਜ਼ ਆਪਾਂ ਬਣਾਉਣੀ ਆ। ਆਹ ਚੀਜ਼ ਦੇਖੋ ਕਿੰਨੇ ਸੋਹਣੇ ਫੁੱਲ ਆ। ਬਹੁਤ ਵਧੀਆ ਮੋਟਰ ਹੈ ਬਾਈ ਦੀ, ਕਿੰਨੀ ਸੋਹਣੀ ਆ। ਆਪਾਂ ਆਹ ਚੀਜ਼ ਬਣਾ ਕੇ ਤੁਹਾਨੂੰ ਦੇਣੀ ਆ। ਅਰੇ ਪਾਣੀ ਜਿਹੜਾ ਜੀ ਤਾਂ ਮੇਰਾ ਕਰਦਾ, ਮੈਂ ਟੁੱਪਾ ਮਾਰਾ ਹੁਣੇ ਹੀ ਦੇਖਣਾ ਭਾਈ। ਬਹੁਤ ਵਧੀਆ ਬਾਈ ਦੀ ਮੋਟਰ ਹੈ ਨਾ, ਇਹ ਨਹਾਉਣ ਵਾਸਤੇ ਬਣਾਇਆ ਵਾ। ਅੱਛਾ, ਵੀ ਐਮਰਜੈਂਸੀ ਕਿਸੇ ਨਹਾਉਣਾ ਹੋਵੇ। ਠੀਕ ਬਹੁਤ